ਪਲਟੂ ਰਾਮ ਦੇ ਨਾਂ ਨਾਲ ਮਸ਼ਹੂਰ ਬਿਹਾਰ ਦੀ ਸਿਆਸਤ 'ਚ ਨਿਤੀਸ਼ ਕੁਮਾਰ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇ ਦਿੱਤਾ। ਅਜਿਹਾ ਕੋਈ ਪਹਿਲੀ ਵਾਰੀ ਨਹੀਂ ਕਿ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦਿੱਤਾ ਹੋਵੇ। ਮਾਰਚ 2020 ਵਿੱਚ ਬੀਜੇਪੀ ਨੂੰ ਛੱਡ ਕੇ ਆਉਂਦੇ ਨੇ ਅਤੇ ਜਾ ਕੇ RJD ਲਾਲੂ ਯਾਦਵ ਦੀ ਪਾਰਟੀ ਦੇ ਨਾਲ ਗਠਬੰਧਨ ਕਰਦੇ ਨੇ ਅਤੇ ਉਹਨਾਂ ਨੂੰ ਦੇ ਪੁੱਤਰ ਤੇਜਸਵੀ ਯਾਦਵ ਨੂੰ ਡਿਪਟੀ CM ਬਣਾਉਂਦੇ ਨੇ ਅਤੇ ਫਿਰ ਮੁੱਖ ਮੰਤਰੀ ਬਣਦੇ ਨੇ। ਪਰ ਹੁਣ ਇੱਕ ਵਾਰੀ ਫਿਰ ਤੋਂ ਅਸਤੀਫਾ ਦੇ ਦਿੱਤਾ। ਜਦੋਂ ਲਾਲੂ ਯਾਦਵ ਨੇ ਸਰਕਾਰ ਬਣਾਉਂਦੇ ਨੇ, ਕਹਿੰਦੇ ਨੇ ਮੈਂ ਕਦੇ ਵੀ ਵਾਪਸ ਬੀਜੇਪੀ 'ਚ ਨਹੀਂ ਜਾਵਾਂਗਾ, ਚਾਹੇ ਜੋ ਮਰਜ਼ੀ ਹੋ ਜਾਵੇ। ਪਰ ਹੁਣ ਖਬਰ ਆ ਰਹੀ ਹੈ ਕਿ ਅੱਜ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਤੇ ਸਰਕਾਰ ਮੁੜ ਕੇ BJP ਨਾਲ ਬਣਾਉਣ ਜਾ ਰਹੇ ਨੇ। BJP ਨੂੰ ਛੱਡ ਕੇ ਆਉਂਦੇ ਨੇ ਅਤੇ ਆ ਕੇ ਤੇਜਸਵੀ ਯਾਦਵ ਨਾਲ ਸਰਕਾਰ ਬਣਾਉਂਦੇ ਨੇ, ਹੁਣ ਫਿਰ ਵਾਪਸ ਜਾ ਰਹੇ ਨੇ। ਅਤੇ ਤੇਜਸਵੀ ਯਾਦਵ ਜੋ ਕਿ ਉਹਨਾਂ ਦੇ ਡਿਪਟੀ CM ਹੁੰਦੇ ਨੇ, ਉਹ ਹੀ ਉਹਨਾਂ ਦੇ ਵਿਰੋਧੀ ਬਣ ਜਾਣਗੇ ਜੇਕਰ ਉਹ BJP ਦੇ ਨਾਲ ਸਰਕਾਰ ਬਣਾ ਲੈਣਗੇ। ਜੇਕਰ ਨਿਤੀਸ਼ ਇਸ ਵਾਰੀ ਫਿਰ ਤੋਂ ਮੁੱਖ ਮੰਤਰੀ ਦੀ ਸਹੁੰ ਚੱਕਦੇ ਨੇ ਤਾਂ ਇਹ 9ਵੀਂ ਵਾਰ ਹੋਵੇਗੀ ਜਦੋਂ ਉਹ ਮੁੱਖ ਮੰਤਰੀ ਦੀ ਸਹੁੰ ਚੱਕ ਰਹੇ ਨੇ। ਪਰ ਇੱਥੇ ਸਵਾਲ ਉੱਠਦਾ ਹੈ ਕਿ ਨਿਤੀਸ਼ ਕੁਮਾਰ ਦੇ ਨਾਲ ਅਜਿਹਾ ਕਰਨ ਨਾਲ ਕੀ ਬਿਹਾਰ ਦਾ ਕੋਈ ਪਲਾ ਹੋ ਰਿਹਾ ਹੈ? ਤੁਸੀਂ ਵੀ ਦਿਓ ਆਪਣੀ ਰਾਏ। ਵੇਖਦੇ ਰਹੋ TV 24 ਨਿਊਜ਼ ਪੰਜਾਬ।